हाँ जी, सत श्री अकाल दोस्तों, तुहाडा स्वागत है जी साडे YouTube चैनल हरीका जॉब अलर्ट ते। दोस्तों, जेकर तुसी चैनल पहली बार विजिट कर रहे हो, चैनल नू सबसक्राइब कर लो, बैल आइकन दबा लो हर नवी अपडेट दे लई। दोस्तों, संगरूर दे विच मनरेगा दी भर्ती निकली सीगी। मनरेगा दी भर्ती जिहड़ी थापर द्वारा पेपर वगैरह कंडक्ट कीता गया सीगा। पेपर कंडक्ट करन तों बाद जिहड़ियां कुछ पोस्टां सीगियां, जिवें ग्राम रोजगार सेवक दी जिहड़ी पोस्ट सीगी GRS दी, ਉਹਦਾ ਇੰਟਰਵਿਊ ਹੋਇਆ ਸੀ 18 ਜਨਵਰੀ 2023 ਨੂੰ ਐਟ ਦਾ ਆਫਿਸ ਆਫ ADC ਰੂਰਲ ਡਿਵੈਲਪਮੈਂਟ ਸੰਗਰੂਰ ਵਿਖੇ। ਅਤੇ ਇਹਦੇ 'ਚ ਮੇਰਾ ਖਿਆਲ 10 ਕੁ ਪੋਸਟਾਂ ਸੀਗੀਆਂ ਟੋਟਲ। ਅਤੇ ਸਭ ਤੋਂ ਪਹਿਲੀ ਅਪਡੇਟ ਤਾਂ ਇਹੀ ਹੈ ਕਿ ਉਹਨਾਂ ਦਾ ਰਿਜ਼ਲਟ ਆ ਚੁੱਕਿਆ। ਇਹਨੂੰ ਤੁਸੀਂ ਫਾਈਨਲ ਰਿਜ਼ਲਟ ਕਹਿ ਸਕਦੇ। ਆਪਣੇ ਮਾਰਕਸ ਚੈੱਕ ਕਰ ਲਓ, ਪਲੱਸ ਆਪਣੇ ਇੰਟਰਵਿਊ ਦੇ ਮਾਰਕਸ ਚੈੱਕ ਕਰ ਲਓ, ਠੀਕ ਹੈ, ਕਿੰਨੇ ਤੁਹਾਨੂੰ ਇੰਟਰਵਿਊ 'ਚ ਮਾਰਕਸ ਮਿਲੇ ਆ, ਪਲੱਸ ਜੋ ਵੀ ਤੁਹਾਡੇ ਪਹਿਲਾਂ ਮਾਰਕਸ ਸੀਗੇ ਉਹਦੇ 'ਚ ਐਡ ਕਰ ਲਓ, ਅਤੇ ਆਪਣੀ ਮੈਰਿਟ ਦੇਖ ਲਓ ਕਿ ਕਿੱਥੇ ਤੱਕ ਜਿਹੜੀ ਤੁਹਾਡੀ ਮੈਰਿਟ ਬਣਦੀ ਹੈ, ਠੀਕ ਹੈ ਜੀ। ਅਤੇ ਇਹਦੇ ਵਿੱਚ ਜਿੱਦਾਂ ਤੁਸੀਂ ਦੇਖ ਸਕਦੇ ਹੋ, ਵੱਖਰੀਆਂ ਵੱਖਰੀਆਂ ਪੋਸਟਾਂ ਸੀਗੀਆਂ, ਜ਼ਿਆਦਾਤਰ ਪੋਸਟਾਂ ਇਹਦੇ 'ਚ ਲੜਕੀਆਂ ਦੀਆਂ ਸੀਗੀਆਂ। ਅਤੇ ਲੜਕੀਆਂ ਕਿਹੜੀਆਂ ਕਿਹੜੀਆਂ ਸਿਲੈਕਟ ਹੋਈਆਂ, ਕਿੱਥੇ ਕਿੱਥੇ ਉਹਨਾਂ ਦਾ ਐਡਰੈਸ, ਕਿੱਥੋਂ ਕਿੱਥੋਂ ਦਾ, ਅਤੇ ਜੇਕਰ ਤੁਹਾਡੇ ਨੇੜੇ ਦੀ ਕੋਈ ਲੜਕੀ ਹੈ ਤਾਂ ਉਹ ਤੁਸੀਂ ਚੈੱਕ ਕਰ ਸਕਦੇ ਹੋ, ਚੈੱਕ ਕਰ ਲਓ, ਠੀਕ ਹੈ ਜੀ। ਅਤੇ ਦੂਜੀ ਅਪਡੇਟ ਇਹਦੇ ਰਿਲੇਟਡ ਹੀ ਆ, ਉਹ ਅਪਡੇਟ ਇਹ ਆ ਦੋਸਤੋ ਕਿ ਮਨਰੇਗਾ ਦੇ ਵਿੱਚ ਹੀ, ਮਨਰੇਗਾ ਸੰਗਰੂਰ ਵਾਲੀ ਭਰਤੀ ਦੇ ਵਿੱਚ ਹੀ ਕੁਛ ਹੋਰ ਪੋਸਟਾਂ ਸੀ, ਜਿਹਦੇ ਵਿੱਚ ਕੰਪਿਊਟਰ ਅਸਿਸਟੈਂਟ ਦੀ ਪੋਸਟ ਸੀ, ਟੈਕਨੀਕਲ ਅਸਿਸਟੈਂਟ ਦੀ ਸੀਗੀ, ਇਸ ਤੋਂ ਇਲਾਵਾ ਡਾਟਾ ਐਂਟਰੀ ਆਪਰੇਟਰ ਦੀ ਸੀ, ਅਤੇ ਕੋਆਰਡੀਨੇਟਰ ਗ੍ਰੇਵੈਂਸ ਰਿਡਰੈਸਲ ਦੀ ਪੋਸਟ ਸੀਗੀ, ਠੀਕ ਹੈ। ਤਾਂ ਵੱਖਰੀਆਂ ਵੱਖਰੀਆਂ ਪੋਸਟਾਂ ਸੀ। ਤਾਂ ਉਹਨਾਂ ਇਹ ਸਾਰੀਆਂ ਪੋਸਟਾਂ ਜਿਨ੍ਹਾਂ ਦੇ ਮੈਂ ਹੁਣ ਨਾਮ ਲਏ ਆ, 4 ਤਰ੍ਹਾਂ ਦੀਆਂ ਪੋਸਟਾਂ, ਇਹਨਾਂ ਦੀ ਡਾਕੂਮੈਂਟ ਵੈਰੀਫਿਕੇਸ਼ਨ ਹੋਣੀ ਹੈ ਜੀ। ਡਾਕੂਮੈਂਟ ਵੈਰੀਫਿਕੇਸ਼ਨ ਹੋਣੀ ਆ 20 ਜਨਵਰੀ 2023 ਨੂੰ ਹੋਣੀ ਹੈ ਜੀ। ਅਤੇ ਉਹ ਵੀ ਨੋਟ ਕਰ ਲਓ ਕਿ 3 ਗੁਣਾ ਕੈਂਡੀਡੇਟ ਜਿਹੜੇ ਸੱਦੇ ਗਏ ਆ ਡਾਕੂਮੈਂਟ ਵੈਰੀਫਿਕੇਸ਼ਨ ਵਾਸਤੇ, ਠੀਕ ਆ। ਜਿੰਨੀਆਂ ਵੀ ਪੋਸਟਾਂ ਸੀਗੀਆਂ ਇਸ ਦੇ ਲਈ, ਉਹਦੇ ਜਿਹੜੇ ਇਕੁਅਲ ਟੂ 3 ਟਾਈਮਸ ਕੈਂਡੀਡੇਟ ਸੱਦੇ ਗਏ ਆ। ਜਿਵੇਂ ਤੁਸੀਂ ਕੰਪਿਊਟਰ ਅਸਿਸਟੈਂਟ ਦਾ ਦੇਖੋਗੇ ਤਾਂ ਕੰਪਿਊਟਰ ਅਸਿਸਟੈਂਟ ਦੇ 3 ਕੈਂਡੀਡੇਟ ਸੱਦੇ ਆ, ਠੀਕ ਆ ਜੀ। ਇੱਕ ਪੋਸਟ ਸੀਗੀ SC ਦੀ, ਕੰਪਿਊਟਰ ਅਸਿਸਟੈਂਟ ਦੀ, ਅਤੇ ਉਸ ਹਿਸਾਬ ਨਾਲ ਕੈਂਡੀਡੇਟ ਬੁਲਾਏ ਆ। ਅਤੇ ਇੱਕ ਚੀਜ਼ ਮੈਂ ਹੋਰ ਦੇਖੀ ਆ ਕਿ ਦੇਖੋ ਹੁਣ ਜਿਵੇਂ ਇਸ ਲੜਕੀ ਜਸਪ੍ਰੀਤ ਕੌਰ ਨੇ ਫਤਿਹਗੜ੍ਹ ਸਾਹਿਬ ਤੋਂ ਨੇ, ਇਹਨਾਂ ਨੇ ਅਪਲਾਈ ਕੀਤਾ ਸੰਗਰੂਰ ਮਨਰੇਗਾ ਦੇ ਵਿੱਚ ਕੰਪਿਊਟਰ ਅਸਿਸਟੈਂਟ ਦੇ ਲਈ, ਜਦੋਂ ਕਿ ਸੈਲਰੀ ਮੇਰੇ ਖਿਆਲ 10-11 ਹਜ਼ਾਰ ਰੁਪਏ ਮਨਰੇਗਾ 'ਚ ਮਿਲਦੀ ਆ। ਅਤੇ ਇੰਨੀ ਦੂਰੋਂ ਸੰਗਰੂਰ ਆ ਕੇ ਕੋਈ ਫਾਇਦਾ ਨਹੀਂ, ਕਿਉਂਕਿ ਇੱਕ ਤਾਂ ਜੋਬ ਇਹ ਕੰਟਰੈਕਚੁਅਲ ਆ, ਜੇ ਤਾਂ ਸਰਕਾਰੀ ਹੋਵੇ ਫਿਰ ਤਾਂ ਕੋਈ ਦਿੱਕਤ ਵਾਲੀ ਗੱਲ ਨਹੀਂ, ਫਿਰ ਤਾਂ ਤੁਸੀਂ ਕਿਤੋਂ ਵੀ ਆ ਕੇ ਸਰਕਾਰੀ ਜੋਬ ਕਰ ਸਕਦੇ ਹੋ। ਬਟ ਕੰਟਰੈਕਚੁਅਲ ਜੋਬ ਆ ਅਤੇ ਉਹਦੇ 'ਚ ਸੈਲਰੀ ਵੀ ਘੱਟ ਆ, ਤਾਂ ਇੰਨੇ ਜਿਹੜੀ ਤੁਹਾਡੀ ਕੋਸਟ ਆ ਉਹ ਆਉਣ ਜਾਣ 'ਤੇ ਹੀ ਲੱਗ ਜਾਣੀ ਹੈ, ਠੀਕ ਆ। ਜੇ ਤੁਸੀਂ ਉੱਥੇ ਰਿਹਾਇਸ਼ ਵੀ ਕਰੋਗੇ ਤਾਂ ਉਹਦੇ 'ਤੇ ਵੀ ਤੁਹਾਡੀ ਕੋਸਟ ਉਹ ਲੱਗ ਜਾਣੀ ਹੈ। ਅਤੇ ਇਸ ਚੀਜ਼ ਦਾ ਧਿਆਨ ਰੱਖਿਆ ਕਰੋ ਕਿ ਜੇਕਰ ਤੁਹਾਡੇ ਨੇੜੇ ਮਿਲਦੀ ਹੈ ਤੁਹਾਨੂੰ, ਉਸ 'ਚ ਤੁਸੀਂ ਅਪਲਾਈ ਕਰਿਆ ਕਰੋ। ਉਸ ਤੋਂ ਬਾਅਦ ਜੀ ਇਹਦੇ 'ਚ ਮੈਂ ਤੁਹਾਨੂੰ ਇੰਸਟਰਕਸ਼ਨਸ ਦੱਸ ਦਿੰਦਾ ਕਿ ਇਹਦੇ 'ਚ ਤੁਸੀਂ ਪ੍ਰਿੰਟ ਆਊਟ ਲੈ ਕੇ ਜਾਣਾ, ਐਪਲੀਕੇਸ਼ਨ ਫਾਰਮ ਦਾ, ਐਜੂਕੇਸ਼ਨਲ ਡਾਕੂਮੈਂਟਸ ਲੈ ਕੇ ਜਾਣੇ ਆ, ਰੈਲੀਵੈਂਟ ਐਕਸਪੀਰੀਅੰਸ ਲੈ ਕੇ ਜਾਣਾ ਜੋ ਵੀ ਤੁਸੀਂ ਫਿਲ ਕੀਤਾ ਸੀਗਾ, ਐਕਸਪੀਰੀਅੰਸ ਦੇ ਰਿਲੇਟਡ ਡਾਕੂਮੈਂਟਸ ਲੈ ਕੇ ਜਾਣੇ। ਹੁਣ ਇਹ ਨਹੀਂ ਕਿ ਤੁਸੀਂ ਕਿਤੋਂ ਵੀ ਐਕਸਪੀਰੀਅੰਸ ਬਣਾ ਕੇ ਉੱਥੇ ਦਿਖਾ ਦੋਗੇ, ਤਾਂ ਐਕਸਪੀਰੀਅੰਸ ਦੇ ਲਈ ਤੁਹਾਨੂੰ ਉਹਨੂੰ ਵੈਲਿਡ ਪਰੂਫ ਕਰਨ ਦੇ ਲਈ ਫਾਰਮ 16 ਚਾਹੀਦਾ, ਬੈਂਕ ਸਟੇਟਮੈਂਟ ਚਾਹੀਦੀਆਂ ਨੇ, ਠੀਕ ਹੈ, ਆਫ ਪੀਰੀਅਡ ਆਫ ਐਕਸਪੀਰੀਅੰਸ, ESI ਸਟੇਟਮੈਂਟ, CPF ਸਟੇਟਮੈਂਟਸ ਚਾਹੀਦੀਆਂ ਤੁਹਾਡੀਆਂ, ਅਤੇ ਉਸ ਤੋਂ ਇਲਾਵਾ ਆਧਾਰ ਕਾਰਡ, ਪੈਨ ਕਾਰਡ, ਡਰਾਈਵਿੰਗ ਲਾਇਸੈਂਸ, ਇਹਨਾਂ 'ਚੋਂ ਕੋਈ ਇੱਕ ਲੈ ਜਾਣਾ। ਅਤੇ ਇਹਨਾਂ 'ਚੋਂ ਵੀ ਜਿਹੜੀਆਂ ਮੈਂ ਤੁਹਾਨੂੰ ਉੱਪਰ ਦੱਸਿਆ ਫਾਰਮ 16, ਬੈਂਕ ਸਟੇਟਮੈਂਟ, ਇਹਨਾਂ 'ਚੋਂ ਕੋਈ ਵੀ ਇੱਕ ਜਾਂ 2 ਡਾਕੂਮੈਂਟਸ ਲੈ ਜਾਓ। ਅਤੇ ਸਪੈਸ਼ਲ ਕੈਟੇਗਰੀ ਸਰਟੀਫਿਕੇਟ ਜੇਕਰ ਕੋਈ ਰਿਜ਼ਰਵ ਕੈਟੇਗਰੀ ਨੂੰ ਬਿਲੋਂਗ ਕਰਦੇ ਹੋ ਤਾਂ ਕੈਟੇਗਰੀ ਦਾ ਸਰਟੀਫਿਕੇਟ ਲੈ ਕੇ ਜਾਣਾ, ਅਤੇ ਡੋਮੀਸਲ ਸਰਟੀਫਿਕੇਟ ਲੈ ਕੇ ਜਾਣਾ ਜੇਕਰ ਤੁਸੀਂ ਰਿਜ਼ਰਵ ਕੈਟੇਗਰੀ ਨੂੰ ਬਿਲੋਂਗ ਕਰਦੇ ਹੋ। ਅਤੇ ਨਾਲ ਆਪਣੇ ਓਰੀਜਨਲ ਡਾਕੂਮੈਂਟਸ ਜ਼ਰੂਰ ਲੈ ਕੇ ਜਾਣੇ, ਫੋਟੋਕਾਪੀ ਦਾ ਸੈੱਟ ਦਾ ਲੈ ਕੇ ਜਾਣਾ ਸੈਲਫ ਟੈਸਟ ਕਰਕੇ, ਅਤੇ ਨਾਲ ਆਪਣੇ ਓਰੀਜਨਲ ਡਾਕੂਮੈਂਟਸ ਵੀ ਲੈ ਕੇ ਜਾਣੇ, ਅਤੇ ਫੋਟੋ ਵਗੈਰਾ ਵੀ ਆਪਣੀ ਲੈ ਜਾਓ। ਉਸ ਤੋਂ ਬਾਅਦ ਜੀ ਜਿੱਦਾਂ ਕੋਆਰਡੀਨੇਟਰ ਗ੍ਰੇਵੈਂਸ ਰਿਡਰੈਸਲ ਦੀ ਪੋਸਟ ਸੀਗੀ, ਇਹਨਾਂ ਦਾ ਵੀ 20 ਜਨਵਰੀ 2023 ਨੂੰ ਇੰਟਰਵਿਊ ਹੈ ਜੀ। ਇਹਨਾਂ ਦੇ ਵੀ 3 ਗੁਣਾ ਜਿਹੜੇ ਬੰਦੇ ਸੱਦੇ ਗਏ ਆ, ਠੀਕ ਹੈ, ਅਤੇ 20 ਜਨਵਰੀ 2023 ਸਵੇਰੇ 10 ਵਜੇ, ਅਤੇ ਇਹਨਾਂ ਦੇ ਵੀ ਸੇਮ ਇੰਸਟਰਕਸ਼ਨਸ ਨੇ ਡਾਕੂਮੈਂਟਸ ਦੀਆਂ। ਦੈਨ ਉਸ ਤੋਂ ਬਾਅਦ ਉਸ ਤੋਂ ਅੱਗੇ ਡਾਟਾ ਐਂਟਰੀ ਆਪਰੇਟਰ ਦੀ ਪੋਸਟ ਸੀਗੀ, ਇਹਦੇ ਵਿੱਚ ਪੋਸਟਾਂ ਕਾਫੀ ਸੀਗੀਆਂ, ਤਾਂ ਉਸ ਹਿਸਾਬ ਨਾਲ ਇਹਨਾਂ ਨੇ 3 ਗੁਣਾ ਕੈਂਡੀਡੇਟ ਬੁਲਾਏ ਆ, ਅਤੇ ਇਹ ਵੀ ਆਪਣਾ ਨੋਟ ਕਰ ਲੈਣ। ਇਹਦੇ ਵਿੱਚ ਹੀ ਟੈਕਨੀਕਲ ਅਸਿਸਟੈਂਟ ਦੀ ਪੋਸਟ ਸੀਗੀ, ਇਹਦੇ ਵਿੱਚ ਸਿਵਲ ਵਗੈਰਾ ਦੀ ਸਟੱਡੀ ਮੰਗਦੇ ਹੁੰਦੇ ਆ ਇਹ, ਅਤੇ ਇਹ ਵੀ ਕੈਂਡੀਡੇਟ ਨੋਟ ਕਰ ਲਓ, ਤੁਹਾਡਾ ਵੀ ਜਿਹੜਾ ਡਾਕੂਮੈਂਟ ਵੈਰੀਫਿਕੇਸ਼ਨ ਆ। ਤਾਂ ਇਹਦੇ ਨਾਲ ਹੀ ਜਦੋਂ ਇਹ ਡਾਕੂਮੈਂਟ ਵੈਰੀਫਿਕੇਸ਼ਨ ਹੋ ਗਈ, 1 ਜਾਂ 2 ਦਿਨ ਬਾਅਦ ਇੰਟਰਵਿਊ ਵੀ ਜਿਹੜਾ ਹੋ ਜਾਣਾ ਮਨਰੇਗਾ ਵੱਲੋਂ, ਅਤੇ ਜਲਦ ਹੀ ਜੁਆਇਨਿੰਗ ਤੁਹਾਨੂੰ ਦਿੱਤੀ ਜਾਣੀ ਆ। ਅਤੇ ਬਾਕੀ ਅਪਡੇਟਸ ਵੀ ਸਾਡੇ ਨਾਲ ਬਣੇ ਰਹੋ, ਜੁੜੇ ਰਹੋ, ਚੈਨਲ ਨੂੰ ਸਬਸਕ੍ਰਾਈਬ ਕਰੋ। ਜੇਕਰ ਤੁਹਾਡੇ ਨੇੜੇ ਕਿਸੇ ਨੇ ਪੇਪਰ ਫਿਲ ਕੀਤਾ ਸੀ, ਉਹਨਾਂ ਤੱਕ ਵੀਡੀਓ ਦਾ ਲਿੰਕ ਜ਼ਰੂਰ ਸ਼ੇਅਰ ਕਰ ਦਿਓ। ਧੰਨਵਾਦ ਦੋਸਤੋ, ਸਤਿ ਸ਼੍ਰੀ ਅਕਾਲ।